ਤੁਹਾਡਾ ਮੇਰੇ ਚੈਨਲ ਮਿਕਸ ਫਲੇਵਰ ਵਿੱਚ ਬਹੁਤ-ਬਹੁਤ ਸਵਾਗਤ ਹੈ। ਹਰ ਇਨਸਾਨ ਕੋਲ ਦੋ ਰਸਤੇ ਹੁੰਦੇ ਹਨ ਜਾਂ ਤਾਂ ਉਹ ਹਟ ਜਾਏ ਜਾਂ ਡਟ ਜਾਏ। ਜ਼ਿੰਦਗੀ ਦੀ ਬਾਜ਼ੀ ਜਿੱਤਣ ਲਈ ਤੁਹਾਨੂੰ ਆਪਣੇ ਆਪ ਨੂੰ ਦਾਅ ਤੇ ਲਾਉਣਾ ਪਵੇਗਾ। ਬੁਰਾ ਸਮਾਂ ਸਬਰ ਕਰਨ ਨਾਲ ਬੀਤਦਾ ਹੈ, ਆਰਾਮ ਕਰਨ ਨਾਲ ਨਹੀਂ। ਛੋਟੇ ਰਸਤੇ ਤੇ ਨਹੀਂ ਸਗੋਂ ਸਹੀ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੋ ਜਿੱਤ ਸਭ ਕੁਝ ਕਰਨ ਨਾਲ ਨਹੀਂ ਸਗੋਂ ਕੁਝ ਹਟ ਕੇ ਕਰਨ ਨਾਲ ਮਿਲਦੀ ਹੈ ਮੌਕੇ ਰਸਤੇ ਵਿੱਚ ਪਏ ਹੋਏ ਹਨ ਬਸ ਤੁਸੀਂ ਚੱਲਣ ਦਾ ਹੀ ਕਸ਼ਟ ਕਰਨਾ ਹੈ ਜ਼ਿੰਦਗੀ ਗੁਜ਼ਰ ਗਈ ਸਭ ਨੂੰ ਖੁਸ਼ ਕਰਨ ਵਿੱਚ ਜੋ ਖੁਸ਼ ਹੋਏ ਉਹ ਆਪਣੇ ਨਹੀਂ ਸਨ ਤੇ ਜੋ ਆਪਣੇ ਸਨ ਉਹ ਕਦੇ ਖੁਸ਼ ਨਹੀਂ ਹੋਏ ਜੋ ਚੱਲਿਆ ਹੀ ਨਹੀਂ ਉਸ ਨੂੰ ਮੰਜ਼ਿਲ ਦਾ ਕੀ ਪਤਾ ਜੋ ਕਦੇ ਹਾਰਿਆ ਹੀ ਨਹੀਂ ਉਸ ਨੂੰ ਜਿੱਤ ਦਾ ਕੀ ਪਤਾ ਜ਼ਿੰਦਾ ਇਨਸਾਨ ਨੂੰ ਗਰਾਉਣ ਵਿੱਚ ਅਤੇ ਮਰਦਾ ਇਨਸਾਨ ਨੂੰ ਚੁੱਕਣ ਵਿੱਚ ਗਜ਼ਬ ਦੀ ਇਕਤਾ ਦਿਖਾਉਂਦੇ ਹਨ ਲੋਕ ਉਹ ਸਭ ਤੋਂ ਜ਼ਿਆਦਾ ਅਮੀਰ ਹੈ ਜੋ ਸੰਤੁਸ਼ਟ ਹੈ ਸਭ ਤੋਂ ਜ਼ਿਆਦਾ ਹਾਲ-ਚਾਲ ਉਸੇ ਤੋਂ ਪੁੱਛਿਆ ਜਾਂਦਾ ਹੈ ਜਿਸ ਦੇ ਦਿਨ ਖਰਾਬ ਹੋਣ ਜ਼ਿੰਦਗੀ ਕੀ ਹੈ ਬਸ ਨਾ ਹੀ ਪੁੱਛੋ ਸੰਵਰ ਗਈ ਤਾਂ ਤਕਦੀਰ ਅਤੇ ਵਿਖਰ ਗਈ ਤਾਂ ਤਮਾਸ਼ਾ ਤੁਹਾਡੀ ਤਕਲੀਫ ਤੋਂ ਜ਼ਮਾਨੇ ਨੂੰ ਮਜ਼ਾ ਆਉਂਦਾ ਹੈ ਜ਼ਮਾਨੇ ਨੂੰ ਤਕਲੀਫ ਤਾਂ ਉਦੋਂ ਹੁੰਦੀ ਹੈ ਜਦੋਂ ਤੁਸੀਂ ਮਜ਼ੇ 'ਚ ਹੁੰਦੇ ਹੋ ਬੈਠਣਾ ਸਭ ਨਾਲ ਪਰ ਆਪਣੇ ਸਿਰ ਤੇ ਕਿਸੇ ਨੂੰ ਨਾ ਬਿਠਾਉਣਾ ਜ਼ਮਾਨੇ ਦੇ ਇਸ ਬਾਜ਼ਾਰ ਵਿੱਚ ਮੈਂ ਜ਼ਮੀਨ ਤੋਂ ਲੈ ਕੇ ਜ਼ਮੀਰ ਤੱਕ ਸਭ ਕੁਝ ਵਿਕਦਾ ਵੇਖਿਆ ਹੈ ਥੈਂਕਸ ਫॉर ਵਾਚਿੰਗ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਮਿਕਸ ਫਲੇਵਰ ਲਾਈਕ ਸ਼ੇਅਰ ਐਂਡ ਕਮੈਂਟ